ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸਫਰੇ ਸ਼ਹਾਦਤ ਜੋ ਕੁੰਮਾ ਮਾਸ਼ਕੀ ਤੋਂ ਸ਼ੁਰੂ ਹੋਇਆ, ਸੋ ਅੱਜ ਇਸ ਦਾ ਦੂਸਰਾ ਪੜਾਅ ਹੈ। ਸੋ ਸਹੇੜੀ ਪਿੰਡ ਦੇ ਵਿੱਚ ਪਹੁੰਚੇ ਹਾਂ, ਜਿੱਥੇ ਕਿ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁੱਜਰ ਕੌਰ ਜੀ, ਸੋ ਉਹਨਾਂ ਨੂੰ ਪ੍ਰਣਾਮ ਕਰਨ ਦੇ ਲਈ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ। ਆਓ ਤੁਹਾਨੂੰ ਇੱਥੋਂ ਦੀ ਪੂਰੀ ਜਾਣਕਾਰੀ ਦਿਖਾਉਂਦੇ ਹਾਂ ਅਤੇ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ। ਸੁਣ ਵਟ ਪਾਗਿਆ ਹਰ ਅੰਮ੍ਰਿਤ ਬਾਣੀ ਰਾਮ, ਸੁਣ ਵਟ ਪਾਗਿਆ ਹਰ ਅੰਮ੍ਰਿਤ ਬਾਣੀ ਰਾਮ, ਜਿਨ ਕੋ ਕਰਮ ਲਿਖੇ ਤਿਸ ਹਿਰਦੈ ਸਮਾਣੀ ਰਾਮ। ਜਿਨ ਕੋ ਕਰਮ ਲਿਖੇ ਤਿਸ ਹਿਰਦੈ ਸਮਾਣੀ ਰਾਮ, ਸੁਣ ਵਡ ਭਾਗਿਆ ਹਰ ਅੰਮ੍ਰਿਤ ਬਾਣੀ ਰਾਮ, ਸੁਣ ਵਡ ਭਾਗਿਆ। ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ, ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ, ਅਮਰ ਧੀਰਾ ਫਿਰ ਨਾ ਮੂਆ ਕਲ ਕਲੇਸ਼ਾ ਦੁੱਖ ਹਰੇ, ਅਮਰ ਧੀਰਾ ਫਿਰ ਨਾ ਮੂਆ ਕਲ ਕਲੇਸ਼ਾ ਦੁੱਖ ਹਰੇ। ਅਈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਸਹੇੜੀ ਦੇ ਵਿੱਚ ਜੋ ਸਫਰੇ ਸ਼ਹਾਦਤ ਦੂਜਾ ਪੜਾਅ ਚੱਲ ਰਿਹਾ, ਅਤੇ ਤੁਸੀਂ ਇੱਥੇ ਜੋੜਿਆਂ ਦੀ ਸੇਵਾ ਕਰ ਰਹੇ ਹੋ, ਬੜੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਇੱਥੇ ਲੱਗੇ ਹੋਏ ਹੋ, ਇਹ ਤੁਹਾਡੀ ਕੋਈ ਸੰਸਥਾ ਬਣੀ ਹੋਈ ਹੈ ਜਾਂ ਕਿਵੇਂ? ਹਾਂਜੀ, ਸਾਡੀ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੇਵਾ ਦਲ ਸਹੇੜੀ ਦੇ ਵੱਲੋਂ ਜੋੜਿਆਂ ਅਤੇ ਪਾਰਕਿੰਗ ਦੀ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ ਜੀ। ਜੀ, ਸੋ ਕਦੋਂ ਤੋਂ ਤੁਸੀਂ ਇਹ ਸੇਵਾ ਕਰਦੇ ਆ ਰਹੇ ਇੱਥੇ? ਇਹ ਜਦੋਂ ਤੋਂ ਕਾਫਲਾ ਸ਼ੁਰੂ ਹੋਇਆ ਹੈ ਜੀ, ਉਦੋਂ ਤੋਂ ਨਾਲੇ ਨਾਲ ਚੱਲੇ ਆ ਰਹੇ ਹਾਂ ਅਸੀਂ। ਅੱਛਾ ਜੀ, ਸੋ ਇਸ ਤੋਂ ਬਾਅਦ ਅੱਗੇ ਵੀ ਜਾਊਂਗੇ? ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜੀ, ਜਦੋਂ ਜਿੱਥੋਂ ਤੱਕ ਉਹਨਾਂ ਨੇ ਲੈ ਕੇ ਜਾਣਾ, ਉਹਨਾਂ ਦੀ ਕਿਰਪਾ ਹੈ ਜੀ, ਉਹਨਾਂ ਦੀ ਕਿਰਪਾ ਹੈ ਨਾਲ ਜਿੱਥੇ ਤੱਕ ਲੈ ਕੇ ਜਾਣਗੇ, ਅਸੀਂ ਤਾਂ ਸੇਵਾ ਦੇ ਲਈ ਸਦਾ ਹੀ ਤਤਪਰ ਰਹਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸ਼ੁਭ ਨਾਮ ਜੀ? ਗੁਰਮੀਤ ਕੌਰ। ਕਿੱਥੋਂ ਆਏ ਤੁਸੀਂ? ਲੁਧਿਆਣੇ ਤੋਂ।
ਲੁਧਿਆਣੇ ਤੋਂ ਆ ਕੇ ਤੁਸੀਂ ਅੱਜ ਸਹੇੜੀ ਦੇ ਵਿੱਚ ਆਏ ਹੋ, ਜੋ ਸਫਰੇ ਸ਼ਹਾਦਤ ਦਾ ਦੂਜਾ ਪੜਾਅ ਚੱਲ ਰਿਹਾ, ਸੋ ਤੁਸੀਂ ਇਹ ਸੇਵਾ ਕਿਹੜੀ ਕਿਹੜੀ ਕਰ ਰਹੇ ਹੋ? ਅੱਜ ਅਸੀਂ ਜੋੜਿਆਂ ਦੀ ਸੇਵਾ ਕਰ ਰਹੇ ਹਾਂ ਜੀ। ਜੀ, ਜੋੜੇ ਸਾਫ਼ ਕਰਨ। ਇਹ ਜੋੜੇ ਵੈਸੇ ਹੈ ਕਿਹੜੇ ਆ ਜੀ? ਇਹ ਸੰਗਤਾਂ ਦੇ ਆ ਜੀ। ਸੰਗਤਾਂ ਦੇ? ਹਾਂਜੀ ਜੀ। ਇਹ ਜੋੜੇ ਪਾ ਕੇ ਬਾਥਰੂਮ ਜਾਣ ਲਈ ਹੈ? ਹਾਂਜੀ, ਬਾਥਰੂਮ ਜਾਣ ਲਈ। ਸੋ ਬਾਥਰੂਮ ਦੇ ਵਿੱਚੋਂ ਫੇਰ ਇਹ ਜੋੜੇ ਆਉਂਦੇ ਨੇ? ਹਾਂਜੀ। ਫੇਰ ਤੁਸੀਂ ਇਹਨਾਂ ਦੀ? ਹਾਂਜੀ, ਸੇਵਾ ਕਰਦੇ। ਹਾਂਜੀ, ਬਹੁਤ ਵੱਡੀ ਸੇਵਾ ਜੀ ਤੁਹਾਡੀ। ਮਹਾਰਾਜ ਨੇ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਬੇਟਾ? ਕੀਰਟ। ਤੁਸੀਂ ਕਿੱਥੋਂ ਆਏ? ਆਸਟ੍ਰੇਲੀਆ। ਆਸਟ੍ਰੇਲੀਆ ਤੋਂ ਆਏ ਆ? ਹਾਂਜੀ। ਠੀਕ ਹੈ, ਅੱਜ ਤੁਸੀਂ ਸਹੇੜੀ ਦੇ ਵਿੱਚ ਆਏ ਹੋ। ਛੋਟੇ ਸਾਹਿਬਜ਼ਾਦਿਆਂ ਦੇ ਨਾਮ ਕੀ ਸੀ? ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ ਹੈ ਬੇਟਾ? ਮਨਸੀਰਤ। ਤੁਸੀਂ ਕਿੱਥੋਂ ਆਏ? ਮੋਰਿੰਡੇ। ਮੋਰਿੰਡੇ ਤੋਂ। ਵੱਡੇ ਸਾਹਿਬਜ਼ਾਦਿਆਂ ਦੇ ਨਾਮ ਕੀ ਸੀ? ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ। ਜੁਝਾਰ ਸਿੰਘ ਜੀ। ਉਹਨਾਂ ਨੇ ਸ਼ਹੀਦੀ ਕਿੱਥੇ ਪਾਈ ਸੀ ਪਤਾ? ਚਮਕੌਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ ਬੇਟਾ? ਹਰਤਾਜ ਸਿੰਘ। ਸੋ ਤੁਹਾਨੂੰ ਸਾਹਿਬਜ਼ਾਦੇ ਦੇ ਨਾਮ ਪਤਾ? ਹਾਂਜੀ। ਕੀ ਸੀ? ਬਾਬਾ ਅਜੀਤ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਉਹਨਾਂ ਦੀ ਦਾਦੀ ਜੀ ਦਾ ਨਾਮ ਕੀ ਸੀ? ਮਾਤਾ ਗੁਜਰੀ ਕੌਰ ਜੀ। ਸੋ ਇਹ ਕਿਹਨਾਂ ਦੇ ਬੇਟੇ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ। ਇਹਨਾਂ ਦੇ ਦਾਦਾ ਜੀ ਦਾ ਨਾਮ ਕੀ ਸੀ? ਸ਼੍ਰੀ ਗੁਰੂ ਤੇਗ ਬਹਾਦਰ ਜੀ। ਉਹਨਾਂ ਨੇ ਪਤਾ ਸ਼ਹੀਦੀ ਕਿੱਥੇ ਪਾਈ ਸੀ? ਗੁਰੂ ਤੇਗ ਬਹਾਦਰ ਜੀ ਨੇ। ਦਿੱਲੀ ਦੇ ਚਾਂਦਨੀ ਚੌਂਕ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਰ ਚੱਲੇ ਹਾਂ ਦਾਦੀਏ, ਹੁਣ ਸਿੱਖੀ ਲਈ ਕੁਰਬਾਨ। ਅਸੀਂ ਪੋਤੇ ਤੇਗ ਬਹਾਦਰ ਜੀ ਦੇ, ਪਿਤਾ ਗੋਬਿੰਦ ਸਿੰਘ ਸਾਡੇ ਮਾਨ। ਲੱਖ ਨੀਹਾਂ ਜ਼ਾਲਮ ਚਿਣ ਦੇਵੇ, ਅਸਾਂ ਪੰਥ ਲਈ ਵਾਰਨੇ ਪ੍ਰਾਣ। ਅਸੀਂ ਸਦਾ ਲਈ ਕਾਇਮ ਕਰ ਦੇਣੀ ਸਿੱਖੀ ਦੀ ਆਨ ਬਾਨ ਤੇ ਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਬੇਟਾ? ਤਵਲੀਨ ਕੌਰ। ਤੁਸੀਂ ਕਿੱਥੋਂ ਆਏ? ਆਸਟ੍ਰੇਲੀਆ। ਆਸਟ੍ਰੇਲੀਆ ਤੋਂ। ਸ਼ਬਦ ਆਉਂਦਾ ਤੁਹਾਨੂੰ? ਸੁਣਾਓ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ। ਪ੍ਰਾਣਨਾਥ ਅਨਾਥ ਸੁਖੇ, ਪ੍ਰਾਣਨਾਥ ਅਨਾਥ ਸੁਖੇ, ਦੀਨ ਦਰਦ ਨਿਵਾਰ, ਦੀਨ ਦਰਦ ਨਿਵਾਰ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ਼ਿਵਾ ਬਰਮੋ ਹੈ ਸ਼ੁਭ ਕਰ ਮਨ ਤੇ ਕਬਹੂ ਨਾ ਡਰੋ ਅਰ ਸੋ ਜਬ ਜਾਏ ਲੜੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਹਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਔਗੁਣ ਤੋਂ ਉਚਰੋ ਜਬ ਆਪ ਕੀ ਔਰ ਨਿਧਾਨ ਬਨੇ ਅਤ ਹੀਰਣ ਮੈਂ ਤਬ ਜੂਝ ਮਰੋ ਦੇ ਸ਼ਿਵਾ ਬਰਮੋਏ ਹੈ ਸ਼ੁਭ ਕਰ ਮਨ ਤੇ ਕਬਹੂ ਨਾ ਡਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖਿਆ ਇਹ ਗੁੜੀਆ ਆਸਟ੍ਰੇਲੀਆ ਤੋਂ ਆਈ ਹੈ ਸੋ ਆਪਣੀ ਜੋ ਮਾਂ ਬੋਲੀ ਹੈ ਪੰਜਾਬੀ ਆਪਣੀ ਪੰਜਾਬੀਅਤ ਅਤੇ ਆਪਣੇ ਗੁਰੂਆਂ ਨੂੰ ਇਹ ਬੱਚੇ ਨਹੀਂ ਭੁੱਲ ਰਹੇ ਕਿਉਂਕਿ ਮਾਪਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਸੋ ਆਪਣੀ ਜੋ ਵਿਰਾਸਤ ਹੈ ਉਹਨੂੰ ਯਾਦ ਕਰਾਉਣਾ ਸੋ ਬੱਚਿਆਂ ਨੂੰ ਦੱਸਦੇ ਨੇ ਮਾਪੇ ਤਾਂ ਇਹਨਾਂ ਨੂੰ ਪੂਰੀ ਨੌਲੇਜ ਹੈ ਬੋਲੇ ਸੋ ਨਿਹਾਲ ਕੀ ਨਾਮ ਹੈ ਬੇਟਾ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਲ ਮੰਤਰ ਆਉਂਦਾ ਸੁਣਾਓ ਗੁਰਪ੍ਰਸ਼ਾਦ ਉੱਚੀ ਬੋਲ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਹਰਮਨਮੀਤ ਸਿੰਘ ਬੱਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਸਹੇੜੀ ਦੇ ਵਿੱਚ ਆਏ ਹੋ ਕਿੱਥੋਂ ਆਏ ਆਪਾਂ ਜੀ ਪਟਿਆਲੇ ਤੋਂ ਆਇਆ ਜੀ ਪਟਿਆਲੇ ਤੋਂ ਹਾਂਜੀ ਸੋ ਛੋਟੇ ਸਾਹਿਬਜ਼ਾਦਿਆਂ ਦਾ ਜੋ ਸਫ਼ਰ ਇਹ ਸ਼ਹਾਦਤ ਹੈ ਚੱਲ ਰਿਹਾ ਅੱਜ ਦੂਸਰਾ ਪੜਾਅ ਹੈ ਹਾਂਜੀ ਠੀਕ ਹੈ ਜੀ ਅਤੇ ਤੁਸੀਂ ਕੀ ਕਹੋਗੇ ਛੋਟੇ ਸਾਹਿਬਜ਼ਾਦਿਆਂ ਬਾਰੇ ਇਹ ਮੇਰਾ ਇਹ ਕਹਿਣਾ ਕਿ ਆਪਾਂ ਜਿਸ ਪਵਿੱਤਰ ਧਰਤੀ 'ਤੇ ਆਪਾਂ ਰਹਿ ਰਹੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਜੋ ਆਪਾਂ ਪਗੜੀਆਂ ਬੰਨ੍ਹ ਰਹੇ ਕੇਸਾਂ ਅਤੇ ਕੇਸਾਂ ਦੀ ਸੰਭਾਲ ਕਰ ਰਹੇ ਹਾਂ ਕਿਹਨਾਂ ਦੀ ਸ਼ਹਾਦਤਾਂ 'ਤੇ ਆਪਾਂ ਕਰ ਰਹੇ ਹਾਂ ਉਹਨਾਂ ਸ਼ਹਾਦਤਾਂ ਨੂੰ ਸਾਨੂੰ ਸਲਾਮ ਕਰਨਾ ਚਾਹੀਦਾ ਅਤੇ ਆਪਾਂ ਗੁਰੂ ਸਾਹਿਬ ਸੁਰੂ ਸਾਹਿਬਾਨਾਂ ਦਾ ਹਮੇਸ਼ਾ ਧੰਨਵਾਦ ਰਹਿਣਾ ਚਾਹੀਦਾ ਆਪਾਂ ਤਾਂ ਮੰਗਣ ਹਾਰ ਹਾਂ ਬਿਲਕੁਲ ਆਪਾਂ ਤਾਂ ਮੰਗਣ ਹਾਰ ਹੈ ਜੀ ਦੇਣ ਵਾਲਾ ਉਹ ਸਰਬੰਸ ਦਾਨੀ ਹੈ ਦਸਮ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਦਸੇ ਗੁਰੂਆਂ ਦੀ ਜੋਤ ਹੈ ਆਪਾਂ ਸਰ ਹਮੇਸ਼ਾ ਜੀ ਉਹਨਾਂ ਦੇ ਸਦਕੇ ਕਰਜ਼ਦਾਰ ਹਾਂ ਅਤੇ ਇਹਨਾਂ ਕੁਰਬਾਨੀ ਨੂੰ ਕੋਟੀ ਕੋਟੀ ਪ੍ਰਣਾਮ ਆਪਾਂ ਉਹਨਾਂ ਤੋਂ ਕਦੇ ਉੱਚੇ ਨਹੀਂ ਜਾ ਸਕਦੇ ਆਪਾਂ ਹਮੇਸ਼ਾ ਗਰੀਬ ਹਾਂ ਜੀ ਉਹਨਾਂ ਦੇ ਅਤੇ ਅੱਜ ਮੈਂ ਇੱਕ ਕਵਿਤਾ ਸੁਣਾਉਣ ਚਾਹਾਂਗਾ ਉਹਨਾਂ ਕੁਰਬਾਨੀਆਂ ਦੀ ਸ਼ਹਾਦਤਾਂ ਨੂੰ ਮਾਣ ਵਿੱਚ ਰੱਖਦੇ ਹੋਏ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜਦ ਹਵਾ ਚੜੇਗੀ ਠੰਡੀ ਤਨ ਨੂੰ ਚੰਬਦੀ ਜਦ ਹਵਾ ਚੜੇਗੀ ਠੰਡੀ ਤਨ ਨੂੰ ਚੰਬਦੀ ਅਹਿਸਾਸ ਕਰੋ
ਉਹ ਮੇਰੀ ਮਾਂ ਹੈ ਕੰਬ ਦੀ ਗੋਦੀ ਵਿੱਚ ਬੈਠੇ ਲਾਲਾਂ ਤਾਈ ਨਿਹਾਰਿਓ ਮੇਰੇ ਲਾਲਾਂ ਦੇ ਨਾਲ ਬਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਬਹਿ ਕੇ ਰਾਤ ਗੁਜ਼ਾਰਿਓ ਤੁਸੀਂ ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ ਤੁਸੀਂ ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ ਮੈਂ ਮਿਲਣਾ ਚਾਹੁੰਦਾ ਆਪਣੇ ਜੀਤ ਜੁਝਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਜੀਤ ਜੁਝਾਰਾਂ ਨੂੰ ਜੇ ਮੇਰੇ ਹੋਤੇ ਮੇਰਾ ਰੂਪ ਹੀ ਧਾਰਿਓ ਜੇ ਮੇਰੇ ਹੋਤੇ ਮੇਰਾ ਰੂਪ ਹੀ ਧਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਇਹ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਬਹੁਤ ਸੋਹਣੀ ਹੈ ਅਜੀਤ ਬਣ ਕੇ ਜਾਇਓ ਜੁਝਾਰ ਬਣ ਕੇ ਜਾਇਓ ਜੇ ਚੱਲਿਓ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ ਆਪਾਂ ਉਹਨਾਂ ਦੀ ਕੁਰਬਾਨੀਆਂ ਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਜੋ ਅੱਜ ਦੇ ਨੌਜਵਾਨ ਜੋ ਉਹਨੇ ਕੇਸਾਂ ਦੇ ਕਤਲ ਕਰਾਉਂਦੇ ਨੇ ਵੇਦ ਵੀ ਕਰਾਉਂਦੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਕਿਸ ਮਹਾਨ ਧਰਤੀ ਦੇ ਕਿਸ ਮਹਾਨ ਲੀਗ ਦੇ ਉਹ ਹਿੱਸਾ ਨੇ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਸੀਸ ਵਾ ਦਿੱਤਾ ਉਹਨਾਂ ਕਸ਼ਮੀਰੀ ਪੰਡਿਤਾਂ ਦਾ ਧਰਮ ਉਚਾ ਲਿਆ ਮੈਂ ਤੋਂ ਕਿਸੇ ਨੇ ਪੁੱਛਿਆ ਜੀ ਉਹਨਾਂ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਤੇਗ ਬਹਾਦਰ ਜੀ ਦਾ ਕੀ ਇੰਪੋਰਟੈਂਸ ਹੈ ਜੀ ਕੀ ਹੈ ਜੇ ਉਹਨਾਂ ਦੀ ਸ਼ਹਾਦਤ ਨਾ ਹੁੰਦੀ ਤਾਂ ਅੱਜ ਆਪਾਂ ਸਾਰੇ ਮੁਸਲਮਾਨ ਹੁੰਦੇ ਜੀ ਜੇ ਸਿੱਧਾ ਦਸਤਾਰਾ ਸੱਜੀਆਂ ਜਾਂ ਹਿੰਦੂ ਧਰਮ ਹੈ ਸ਼ਾਇਦ ਉਹ ਨਾ ਰਹਿੰਦਾ ਅੱਜ ਸਾਰੇ ਮੁਸਲਮਾਨ ਹੁੰਦੇ ਤਾਂ ਸਦਾ ਉਹਨਾਂ ਸ਼ਹੀਦਾਂ ਨੂੰ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੀ ਕੁਰਬਾਨੀਆਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਆਪਾਂ ਫਿਰ ਤੋਂ ਕਹਿਣਾਗਾ ਆਪਾਂ ਹਮੇਸ਼ਾ ਮੰਗਦੇ ਹਾਂ ਉਹਨਾਂ ਕੁਰਬਾਨੀਆਂ ਨੂੰ ਕੋਟੀ ਕੋਟ ਪ੍ਰਣਾਮ ਧੰਨਵਾਦ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਕਿੱਥੋਂ ਆਈਆਂ ਜੀ ਅਸੀਂ ਜੀ ਖੰਨਾ ਤੋਂ ਆਏ ਹਾਂ ਜੀ ਸੋ ਅੱਜ ਸਫਰੇ ਸ਼ਹਾਦਤ ਦਾ ਦੂਸਰਾ ਪੜਾਅ ਚੱਲ ਰਿਹਾ ਜੋ ਸਹੇੜੀ ਦੇ ਵਿੱਚ ਅੱਜ ਤੁਸੀਂ ਪਹੁੰਚੇ ਹੋ ਇੱਥੇ ਪ੍ਰਣਾਮ ਕਰਨ ਲਈ ਇਸ ਛੋਟੇ ਸਾਹਿਬਜ਼ਾਦਿਆਂ ਨੂੰ ਕੀ ਕਹੋਗੇ ਦੇਖੋ ਜੀ ਅਸੀਂ ਉਹਨਾਂ ਨੂੰ ਕੋਟਨ ਕੋਟ ਨਮਨ ਕਰਦੇ ਹਾਂ ਅਤੇ ਉਹਨਾਂ ਵਰਗਾ ਤਾਂ ਕੋਈ ਹੋ ਹੀ ਨਹੀਂ ਸਕਦਾ ਹੈ ਨਾ ਅਤੇ ਨਾ ਸਾਡੇ ਮਹਾਰਾਜ ਵਰਗਾ ਕੋਈ ਹੋ ਸਕਦਾ ਹੈਗਾ ਅਤੇ ਚਲੋ ਸਾਰੀ ਦੁਨੀਆ ਆਉਂਦੀ ਹੈ ਉਹਨਾਂ ਨੂੰ ਨਮਨ ਕਰਦੀ ਹੈ ਔਰ ਉਹਨਾਂ ਦੀ ਮਿੱਠੀ ਯਾਦ ਮਨਾਉਂਦੀ ਹੈ ਔਰ ਸਦਾ ਹੀ ਮਨਾਉਂਦੀ ਰਹੂਗੀ ਔਰ ਅਸੀਂ ਇਹ ਵੀ ਕਹਿੰਦੇ ਹਾਂ ਵੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਜਿਹੜੇ ਸਾਡੇ ਬੱਚੇ ਹੈ ਵੀ ਉਹ ਵੀ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਇੱਧਰੋਂ ਨਾਲ ਪ੍ਰੇਰਨਾ ਦਈਏ ਆਪਾਂ ਨੂੰ ਉਹ ਵੀ ਬੱਚੇ ਵੀ ਇਹਨਾਂ ਦੀ ਸ਼ਹਾਦਤ ਨੂੰ ਜਾਣੂ ਹੋਣ ਇਹਨਾਂ ਦੀ ਸ਼ਹਾਦਤ ਕਿਉਂਕਿ ਜਿਹੜਾ ਅੱਜ ਕੱਲ੍ਹ ਦਾ ਮਾਹੌਲ ਹੈ ਬੜਾ ਖਰਾਬ ਹੋ ਰਿਹਾ ਜੋ ਨਵੀਂ ਪੀੜ੍ਹੀ ਆ ਉਹ ਨਸ਼ਿਆਂ ਦੇ ਵਿੱਚ ਵੀ ਜਾ ਰਹੀ ਆ ਗਲਤ ਰਾਹਾਂ 'ਤੇ ਜਾ ਰਹੀ ਆ ਦੇਖੋ ਜੀ ਨਸ਼ਿਆਂ ਤੋਂ ਤਾਂ ਭਾਈ ਸਾਹਿਬ ਇਹ ਹੈਗਾ ਕਿ ਸਾਨੂੰ ਆਪਣੇ ਬੱਚਿਆਂ ਦਾ ਆਪ ਹੀ ਧਿਆਨ ਦੇਣਾ ਪੈਣਾ ਹੈਗਾ ਕਿਉਂਕਿ ਕਿਸੇ ਨੇ ਨਹੀਂ ਕਿਸੇ ਦਾ ਧਿਆਨ ਦੇਣਾ ਸਾਨੂੰ ਖੁਦ ਹੀ ਧਿਆਨ ਰੱਖਣਾ ਪਊਗਾ ਸਾਨੂੰ ਖੁਦ ਹੀ ਬੱਚਿਆਂ ਨੂੰ ਅੱਛੇ ਪਾਸੇ ਲਾਉਣਾ ਪਊਗਾ ਅਸੀਂ ਗੁਰਦੁਆਰਾ ਸਾਹਿਬ ਲੈ ਕੇ ਆਈਏ ਅਤੇ ਬੱਚਿਆਂ ਦੀ ਵਧੀਆ ਪਰਵਰਿਸ਼ ਕਰੀਏ ਅਤੇ ਬੱਚਿਆਂ ਦਾ ਧਿਆਨ ਰੱਖੀਏ ਬੱਚੇ ਕੀ ਕਰਦੇ ਆ ਕਿੱਥੇ ਜਾਂਦੇ ਆ ਹੈ ਨਾ ਅਤੇ ਇਹਦੇ ਵਿੱਚ ਦੇਖੋ ਸਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈਗੀ ਸਾਰਿਆਂ ਦੀ ਕਿਉਂਕਿ ਹਰ ਇੱਕ ਪੇਰੈਂਟਸ ਆਪਣੇ ਆਪਣੇ ਬੱਚੇ ਦਾ ਧਿਆਨ ਰੱਖੂਗਾ ਇੰਨੇ 'ਚ ਬੜਾ ਫਰਕ ਪੈ ਜਾਣਾ ਕਿਉਂਕਿ ਕਈ ਵਾਰੀ ਮਾਪੇ ਭੋਲੇ ਹੁੰਦੇ ਆ ਉਹ ਨਹੀਂ ਧਿਆਨ ਕਰਦੇ ਹੈਗੇ ਅਤੇ ਇਸੇ ਵਿੱਚ ਫਿਰ ਬੱਚੇ ਵਿਗੜ ਜਾਂਦੇ ਆ ਦੇਖੋ ਬਾਅਦ ਸੰਗਤ ਤਾਂ ਹੈਗੀ ਹੋਈ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਹੈ ਨਾ ਅਤੇ ਇਸ ਕਰਕੇ ਅਸੀਂ ਤਾਂ ਇਹੀ ਕਹਾਂਗੇ ਵੀ ਸਾਰਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਔਰ ਜਿੱਥੇ ਤੱਕ ਹੋਊਗਾ ਦੇਖੋ ਸਰਕਾਰਾਂ ਦੇ ਵੀ ਫਰਜ਼ ਬਣਦੇ ਆ
ਅਤੇ ਕੰਟਰੋਲ ਕਰਨਾ ਚਾਹੀਦਾ ਹੈਗਾ, ਹੈ ਨਾ। ਔਰ ਨਸ਼ਾ ਅੱਜ ਦਾ ਨਹੀਂ ਹੈਗਾ, ਅੱਜ ਤੋਂ 50 ਸਾਲ ਪਹਿਲਾਂ ਵੀ ਮੈਂ ਦੇਖਦੀ ਰਹੀ ਹਾਂ। ਅਤੇ ਇਸ ਕਰਕੇ ਅਸੀਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਾਂਗੇ ਬੱਚਿਆਂ ਅੱਗੇ ਕਿ ਇਸ ਰਾਹ 'ਤੇ ਨਾ ਜਾਓ, ਆਪਣੇ ਮਾਂ ਬਾਪ ਦਾ ਧਿਆਨ ਰੱਖੋ। ਬਜ਼ੁਰਗ ਮਾਪੇ ਬੜਾ ਰੋਂਦੇ ਬਿਲਾਉਂਦੇ ਆ, ਦੇਖੇ ਨਹੀਂ ਜਾਂਦੇ ਹੈਗੇ। ਅਤੇ ਚਲੋ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਕੋਲ ਕਿ ਉਹਨਾਂ ਦੇ ਬੱਚਿਆਂ ਵਰਗੇ ਸਾਰੇ ਬੱਚੇ ਹੋਣ, ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ।